그리고 한국인과 가자, 그리고 한국인과 가자, 아니면 사자, 남친, 고민이나 먹었어. 그걸 누가 알아? 이 오란에 사대 펀잡이 글쎄요. 사대가 펀잡이야, 쿠르바니야, 샤하탄. 사대 구마라지 크리파리나. 사대 리 콩. 오늘 깨토 타코 내게 자래. ਜਿਹੜੀਆਂ ਚੀਜ਼ਾਂ ਅਸੀਂ ਪੰਜਾਬ ਦੇ ਵਿੱਚ ਨਹੀਂ ਕਰ ਸਕਦੇ ਕਈ ਵਾਰੀ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਗਲਤੀਆਂ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਸੁਣਦੀਆਂ ਪੈਂਦੀਆਂ ਪਰ ਤੁਹਾਡੇ ਹਰ ਬੈਠੇ ਹੋਏ ਹਰ ਪੰਜਾਬੀ ਦੇ ਉਹਨਾਂ ਦੇ ਬੱਚਿਆਂ ਦੇ ਉਹਨਾਂ ਦੇ ਭੈਣਾਂ ਦੇ ਉਹਨਾਂ ਦੇ ਮਾਣਾਂ ਮਾਵਾਂ ਦੇ ਆਪਣੇ ਬਜ਼ੁਰਗਾਂ ਮੈਂ ਸਿਰ ਚੁਕਾਉਂਦਾ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਸਾਡੇ ਵਿਰਸੇ ਨੂੰ ਉਹਨਾਂ ਦੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਦੱਸੇ ਹੋਏ ਅਸੂਲਾਂ ਦੇ ਉੱਤੇ ਉਹ ਸਿੱਖੀ ਗੁਰੂ ਮਹਾਰਾਜ ਦੀ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਜੋ ਅਸੀਂ ਪੰਜਾਬ ਦੇ ਅੰਦਰ ਵੀ ਕਰ ਸਕੇ ਤੁਸੀਂ ਹਮੇਸ਼ਾ ਉਹਨਾਂ 'ਚ ਹਮੇਸ਼ਾ ਅੱਗੇ ਰਹਿੰਦੇ ਤੁਹਾਡਾ ਅਹਿਸਾਨ ਅਸੀਂ ਕਦੇ ਭੁੱਲ ਨਹੀਂ ਸਕਦੇ ਜਲ੍ਹਿਆਂਵਾਲਾ ਬਾਗ ਦੀਆਂ ਉਹ ਸ਼ਹਾਦਤਾਂ ਹਿੰਦੂ ਮੁਸਲਿਮ ਸਿੱਖ ਇਸਾਈਆਂ ਦੀਆਂ ਉਹਨਾਂ ਪੰਜਾਬੀਆਂ ਦੀਆਂ ਸ਼ਹਾਦਤਾਂ ਜਨਰਲ ਡਾਇਰ ਦੀਆਂ ਗੋਲੀਆਂ ਉਹ ਹਜੇ ਤੱਕ ਵੀ ਯਾਦ ਨੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦੇ ਦਿੱਤੀ ਮੈਂ ਤੁਹਾਡਾ ਸਾਰਿਆਂ ਬਹੁਤ ਧੰਨਵਾਦੀ ਔਰ ਖਾਸ ਤੌਰ 'ਤੇ ਸਾਡੇ ਸਾਹਮਣੇ ਸੁਰਿੰਦਰਪਾਲ ਸਿੰਘ ਜੀ ਬੈਠੇ ਨੇ ਇਹ ਉਹ ਮਹਾਨ ਉਹ ਦੇਸ਼ ਭਗਤ ਪੰਜਾਬੀ ਜਿਨ੍ਹਾਂ ਨੇ ਦੁਬਈ ਦੇ ਅੰਦਰ ਜਾ ਕੇ ਸਾਡੇ ਕਈ ਪੰਜਾਬੀਆਂ ਨੂੰ ਫਾਂਸੀਆਂ ਦੇ ਦੱਸਿਆਂ ਤੋਂ ਬਚਾਇਆ ਅੱਜ ਵੀ ਉਹ ਆਪਣੀ ਛੱਗਾਂ 'ਚ ਨਿਕਲੇ ਔਰ ਸਾਡਾ ਹਰ ਪੰਜਾਬੀ ਦੁਨੀਆਂ ਦੇ ਅੰਦਰ ਇੱਕ ਮਜ਼ਬੂਤੀ ਦੇ ਨਾਲ ਆਪਣੀ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਤਿਆਰ ਹੈ ਪਰ ਨਾਲ ਹੀ ਉਹ ਗੱਲ ਕਹਿਣਾ ਚਾਹਾਂਗਾ ਹਮੇਸ਼ਾ ਸਾਡੇ ਮਨ ਦੇ ਅੰਦਰ ਉਹ ਰਹਿੰਦੀ ਸਾਡੀਆਂ ਗਲਤੀਆਂ ਦੇ ਨਾਲ ਬੈਠਾ ਹੋਇਆ ਬਾਹਰ ਪੰਜਾਬੀ ਉਹਨੂੰ ਕਹੂੰ ਗੱਲਾਂ ਉਠਾਵੇ ਕਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਸ਼ਹਾਦਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸ਼ਹਾਦਤਾਂ ਉਹਨਾਂ ਦੇ ਬੱਚਿਆਂ ਨੂੰ ਕਿਵੇਂ ਨੀਹਾਂ 'ਚ ਚਿਣਵਾ ਦਿੱਤਾ ਗਿਆ ਕਿਵੇਂ ਸ਼ਹੀਦ ਆਲਮ ਭਗਤ ਸਿੰਘ ਦੀਆਂ ਫਾਂਸੀ ਦੇ ਰੱਸੇ ਨੂੰ ਚੁੱਕ ਕੇ ਸ਼ਹਾਦਤਾਂ ਮੈਂ ਉਹਨਾਂ ਪੰਜਾਬ ਦੇ ਕੁਛ ਉਹਨਾਂ ਚੰਦ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਖਾਲਸ ਪੰਥ ਦੀਆਂ ਗੱਲਾਂ ਕਰਦੇ ਨੇ ਮੈਂ ਉਹਨਾਂ ਤੋਂ ਗੱਲ ਕਹਿਣਾ ਚਾਹੁੰਦਾ ਬਾਹਰ ਦਾ ਜਿਹੜਾ ਪੰਜਾਬੀ ਸਾਡਾ ਸਿੱਖ ਹੈ ਚਾਹੇ ਹਿੰਦੂ ਹੈ ਪੰਜਾਬੀ ਕੋਈ ਉਹਨਾਂ ਨੂੰ ਨਹੀਂ ਦੇਖੋ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਸ਼ਾਨ ਨੂੰ ਇਹ ਦੁਨੀਆਂ ਦੇ ਵਿੱਚ ਉਸ ਵਿਰਸੇ ਨੂੰ ਕਿਸ ਤਰੀਕੇ ਦੇ ਨਾਲ ਸੰਭਾਲ ਕੇ ਰੱਖਿਆ ਸਾਨੂੰ ਉਹਨਾਂ ਦਾ ਫਿਕਰ ਆਉਂਦਾ ਹੈ ਸਾਨੂੰ ਹੋਰ ਕਿਸੇ ਦਾ ਫਿਕਰ ਨਹੀਂ ਸਾਨੂੰ ਤੁਹਾਡਾ ਫਿਕਰ ਆਉਂਦਾ ਹੈ ਉਹ ਪੰਜਾਬੀ ਵਿਰਸੇ ਨੂੰ ਜਿਹੜਾ ਤੁਸੀਂ ਸੰਭਾਲਿਆ ਤੁਹਾਡਾ ਅਸੀਂ ਦੇਣਾ ਨਹੀਂ ਦੇ ਸਕਦੇ ਉਹ ਉੜਤਾ ਪੰਜਾਬ ਬਣਾ ਲੈਂਦਾ ਹੈ ਉੜਤਾ ਪੰਜਾਬ ਬਣਾ ਕੇ ਸਾਡੇ ਤੇ ਸਵਾਲ ਖੜੇ ਕਰ ਦਿੰਦਾ ਉਹਦੇ ਤੇ ਕੋਈ ਸਵਾਲ ਪ੍ਰਸ਼ਨ ਚਿੰਨ ਕਰਨ ਨੂੰ ਤਿਆਰ ਨਹੀਂ ਕਿਤੇ ਵੀ ਜਾਂਦੇ ਆ ਉਹ ਕਹਿੰਦੇ ਪੰਜਾਬ ਦੇ ਵਿੱਚ ਸਾਰੇ ਲਿਖੀ ਨੇ ਉਹਦਾ ਕੋਈ ਸਵਾਲ ਕਰਨ ਨੂੰ ਤਿਆਰ ਨਹੀਂ ਇੱਥੇ ਇੰਨੇ ਪੰਜਾਬੀ ਬੈਠੇ ਨੇ ਇੰਨੇ ਭਰਾ ਸਾਡੇ ਬੈਠੇ ਨੇ ਕਿੰਨੇ ਕਾਰੋਬਾਰ ਦਸਾਂ ਨੌਹਾਂ ਦੀਆਂ ਕਮਾਈਆਂ ਨਾਲ ਖੂਹ ਪਸੀਨੇ ਦੀਆਂ ਕਮਾਈਆਂ ਨਾਲ ਕਿਸ ਤਰ੍ਹਾਂ ਤੁਸੀਂ ਗੁਰਦੁਆਰਾ ਮਹਾਰਾਜ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਸਜਾਉਂਦੇ ਹੋ ਔਰ ਤੁਹਾਨੂੰ ਜਦੋਂ ਸਾਡੇ ਪੰਜਾਬ ਵੱਲੋਂ ਗੱਲਾਂ ਸੁਣੀਆਂ ਪੈਂਦੀਆਂ ਤੁਹਾਡੇ ਨੂੰ ਸ਼ਰਮ ਆਉਂਦੀ ਹੋਈ ਜੀ ਪਾਤਾ ਜੀ ਤੁਹਾਡੇ ਸਿਰ ਤੇ ਉੱਤੇ ਖੜੇ ਔਰ ਸਭ ਤੋਂ ਅਸਲੀਅਤ ਇਹ ਅਸੀਂ ਤੁਹਾਡੇ ਸਿਰ ਤੇ ਖੜੇ ਹਾਂ ਤੁਹਾਡੇ ਸਿਰ ਤੇ ਖੜੇ ਰਹਿਣਾ ਪਰ ਜਦੋਂ ਡੇਰਾ ਸੱਚਾ ਸੌਦਾ ਝੂਠਾ ਸੌਦਾ ਸਾਡੇ ਗੁਰੂ ਮਹਾਰਾਜ ਦਾ ਰੂਪ ਧਾਰਨ ਕਰਕੇ ਸਾਡੀ ਸਿੱਖੀ ਦੇ ਪ੍ਰਸ਼ਨ ਚ ਲਾਉਂਦਾ ਅਸੀਂ ਕਿ ਰਾਜਨੀਤਿਕ ਦੇ ਪਾਰਟੀਆਂ ਦੇ ਲੋਕ ਵੋਟਾਂ ਦੀ ਖਾਤਰ ਉਹਦੇ ਮਦਦ ਉਹਨੇ ਸੋਚ ਕੇ ਖੜੇ ਹੋ ਜਾਂਦੇ ਕਿੱਥੇ ਖੜੇ ਹੋਣੇ ਅਸੀਂ ਇਹ ਚੀਜ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਜਿਹੜਾ ਸਾਡੀ ਸਿੱਖੀ ਦੇ ਉੱਤੇ ਕੋ ਪ੍ਰਸ਼ਨ ਨਹੀਂ ਉਠਾਵੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੜੇ ਪੰਜਾਬੀ ਕਲਾਕਾਰ ਆਏ ਬੜੇ ਚਲੇ ਗਏ ਪਰ ਗੁਰਦਾਸ ਮਾਨ ਇੱਕ ਐਸੇ ਅੱਛੇ ਕਲਾਕਾਰ ਜਿਨ੍ਹਾਂ ਨੇ ਸਾਡੀ ਪੰਜਾਬੀਅਤ ਦੀ ਸਾਡੀ ਵਿਰਾਸਤ ਨੂੰ ਸਾਡੇ ਪੰਜਾਬੀ ਕਲਚਰ ਨੂੰ ਕਲਚਰ ਬਹੁਤ ਵਿਗੜ ਗਿਆ ਪਰ ਸਾਡੇ ਪੰਜਾਬੀ ਕਲਚਰ ਨੂੰ ਉਸ ਗੁਰੂ ਮਹਾਰਾਜ ਜੀ ਪਵਿੱਤਰ ਸਿੱਖੀ ਨੂੰ ਜਿਸ ਤਰੀਕੇ ਦੇ ਨਾਲ ਸਾਡੀ ਕਲਚਰ ਨੂੰ ਸੰਭਾਲ ਕੇ ਰੱਖਿਆ ਅਸੀਂ ਇਹਨਾਂ ਦੇ ਹਸਾਨ ਨੂੰ ਕਦੇ ਭੁੱਲ ਨਹੀਂ ਸਕਦੇ ਅਤੇ ਜਿਹੜਾ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ ਸੀ ਸ਼ਹੀਦੇ ਆਦਮ ਭਗਤ ਸਿੰਘ ਜੀ ਤੇ ਹਿੰਦੁਸਤਾਨ ਦੀ ਉਹ ਯੁਵਾ ਪੀੜ੍ਹੀ ਨੂੰ ਇੱਕ ਨਵਾਂ ਜਜ਼ਬਾ ਪੈਦਾ ਕੀਤਾ ਕਿ ਅਸੀਂ ਪੰਜਾਬੀਅਤ ਨੂੰ ਭਗਤ ਸਿੰਘ ਜੀ ਦੀ ਪੰਜਾਬੀਅਤ ਨੂੰ ਕਿਵੇਂ ਸੰਭਾਲ ਕੇ ਰੱਖਣਾ
ਸਾਡਾ ਤੁਹਾਡੇ ਅੱਗੇ ਸਿਰ ਝੁਕਣਾ ਹੈ। ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਔਰ ਹਮੇਸ਼ਾ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗਾ ਕਿ ਸਾਡੀ ਇਸ ਪੰਜਾਬੀ ਕਲਚਰ ਨੂੰ ਸੰਭਾਲ ਕੇ ਰੱਖੋ ਅਤੇ ਤੁਹਾਡਾ ਫਿਰ ਸਾਰਿਆਂ ਦਾ ਮੈਂ ਧੰਨਵਾਦੀ ਹਾਂ ਜਿਹੜਾ ਤੁਸੀਂ ਪੰਜਾਬੀਅਤ ਨੂੰ ਮਹਾਰਾਸ਼ਟਰ ਦੇ ਵਿੱਚ, ਨਾਗਪੁਰ ਦੇ ਵਿੱਚ, ਗੁਜਰਾਤ ਦੇ ਵਿੱਚ ਜਿੰਨਾ ਤੁਸੀਂ ਸੰਭਾਲ ਕੇ ਰੱਖਿਆ ਤੁਹਾਡਾ ਅਸੀਂ ਅਹਿਸਾਨ ਕਦੀ ਵੀ ਨਹੀਂ ਭੁੱਲ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਹੁਣ ਮਿਲਾਂਗੇ ਕਿਸ ਵੇਲੇ ਇਕੱਠੇ ਉਹਨਾਂ ਨਾਲ ਗੱਲ। ਅੱਛਾ ਭਾਈ।